ਫਿਲਮ ਤਾਂ ਪਹਿਲਾਂ ਰਿਲੀਜ਼ ਕਰਨੀ ਸੀਗੀ, ਕੋਵਿਡ ਦੇ ਚੱਕਰ ਦੇ ਵਿੱਚ ਸਾਡੀ ਫਿਲਮ ਥੋੜ੍ਹੀ ਲੇਟ ਹੋ ਗਈ, ਅਤੇ ਫਿਰ ਕੋਵਿਡ ਤੋਂ ਬਾਅਦ ਐਕਚੁਅਲੀ ਮੇਰੀ ਕੀ ਸਾਰਿਆਂ ਦੀ ਫਿਲਮਾਂ ਰਿਲੀਜ਼ ਲੇਟ ਹੋਈਆਂ ਨੇਗੀਆਂ, ਹੈ ਨਾ, ਰਿਲੀਜ਼ ਨਹੀਂ ਪ੍ਰੋਪਰ ਹੋਈਆਂ ਜਾਂ ਕਿਸੇ ਨੂੰ ਸ਼ੋਅ ਨਹੀਂ ਮਿਲੇ। ਜਦੋਂ ਕੋਵਿਡ ਖਤਮ ਹੋਇਆ ਫਿਲਮਾਂ ਇੰਨੀਆਂ ਘੱਟੀਆਂ, ਇੱਕ ਵਿੱਚ ਤਿੰਨ ਤਿੰਨ ਚਾਰ ਚਾਰ ਫਿਲਮਾਂ ਸੀਗੀਆਂ। ਲੱਕਲੀ ਆਈ ਡੋਂਟ ਨੋ ਕਿ ਜੋ ਅੱਜ ਹੋਇਆ ਕਿ ਫਿਲਮਾਂ ਤਿੰਨ ਅੱਜ ਵੀ ਆ ਰਹੀਆਂ ਸੀਗੀਆਂ, ਉਹਨਾਂ ਦੀ ਦੋ ਫਿਲਮਾਂ ਰੱਦ ਹੋ ਗਈਆਂ, ਉਹ ਆਈਆਂ ਹੀ ਨੀਗੀਆਂ। ਅੱਜ ਵੀ ਆਪਣੇ ਇਕੱਲਿਆਂ ਦੀ ਫਿਲਮ ਰਿਲੀਜ਼ ਹੋਈ ਸੀਗੀ, ਮੈਂ ਚਾਹੁੰਦਾ ਸੀ ਵੀ ਮੇਰੇ ਨਾਲ ਕਿਸੇ ਦੀ ਡੇਟ ਨਾ ਕਲੈਸ਼ ਹੋਵੇ, ਉਹ ਰੱਬ ਸੁਣ ਲੈਂਦਾ ਗਾ ਨਾ। ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਜਦੋਂ ਉਹਨਾਂ ਤੋਂ ਫੋਨ ਆਇਆ ਵੀ ਸਾਡੀ ਰਿਲੀਜ਼ ਹੋਣ ਲੱਗੀ ਹੈ, ਲਾਈਕ ਸੱਚੀ ਕਹਿੰਦੇ ਹਾਂ। ਮੈਂ ਕਿਹਾ ਚਲੋ ਰੱਬ ਦਾ ਸ਼ੁਕਰ ਹੈ ਵੀ ਹੋ ਰਹੀ ਹੈ ਹੁਣ, ਹੈ ਨਾ। ਮੈਥੋਂ ਘੱਟੋ ਘੱਟ ਜੀ ਉਹਨਾਂ ਨੇ ਅਬਾਊਟ 6 ਮੰਥ ਸੀ ਵਰਕਸ਼ਾਪਸ ਲਾਈਆਂ। ਵਰਕਸ਼ਾਪਸ ਲਾਉਣ ਤੋਂ ਬਾਅਦ ਵਿੱਚ ਉਹ ਕਹਿੰਦੇ ਵੀ ਯਾਰ ਮੈਨੂੰ ਦਿਖਦਾ ਵੀ ਤੂੰ ਕਰ ਲਏਗਾ, ਅਤੇ ਰਿੰਪੀ ਭਾਈ ਨੇ ਗੱਲ ਕੀਤੀ ਸੀ, ਕਹਿੰਦਾ ਅਮਨ ਇਹ ਨਾ ਫਿਲਮ ਤੇਰੇ ਲਈ ਇੱਕ ਬਹੁਤ ਵੱਡਾ ਚੈਲੰਜ ਹੈਗਾ, ਕਹਿੰਦਾ ਤੂੰ 12ਵੀਂ ਦੇ ਬੋਰਡ ਦੇ ਪੇਪਰ ਦੇਣ ਚੱਲਾਂ। ਮੈਨੂੰ ਅੱਜ ਵੀ ਉਹਦੀ ਗੱਲ ਯਾਦ ਆ, ਮੈਨੂੰ ਕੀ ਸੀ, ਕਹਿੰਦੇ 12ਵੀਂ ਦੇ ਬੋਰਡ ਦੇ ਪੇਪਰ ਦੇਣ ਚੱਲਾਂ, ਕਹਿੰਦਾ ਮੈਨੂੰ ਉਮੀਦ ਨਹੀਂ ਸੀ ਵੀ ਤੂੰ ਇੰਨਾ ਵੱਡਾ ਕਰੈਕਟਰ, ਕਹਿੰਦੇ ਘੱਟੋ ਘੱਟ ਤੂੰ 4-5 ਮੇਨ ਲੀਡ ਦੇ ਫਿਲਮਾਂ ਕਰਦਾ ਫਿਰ ਇਹ ਹੋਣਾ ਸੀਗਾ, ਨਹੀਂ ਤਾਂ ਤੇਰੇ ਵਾਸਤੇ ਕਰੈਕਟਰ ਹੈ ਹੀ ਨਹੀਂ ਗਏ। ਚਲੋ ਹੁਣ ਕਰ ਲਿਆ ਕਰੈਕਟਰ ਜੀ, ਬਹੁਤ ਵਧੀਆ ਹੋ ਗਿਆ, ਤੇ ਹੋਪਫੁਲੀ ਹੁਣ ਲੋਕੀ ਕਿੰਨਾ ਪਿਆਰ ਦਿੰਦੇ ਇਹਦੇ ਜੋ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਪਹੁੰਚਾ ਮਹਿਕਮਾ ਛੜਿਆਂ ਦੇ ਪ੍ਰੀਮੀਅਰ ਤੇ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ, ਗੱਲਾਂ ਬਾਤਾਂ ਕਰਦੇ ਆ ਫਿਲਮ ਨੂੰ ਲੈ ਕੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਿਲਕੁਲ ਵਧੀਆ, ਸੁਣਾਓ ਜੀ। ਬਹੁਤ ਵਧੀਆ, ਕਿਵੇਂ ਦਾ ਲੱਗ ਰਿਹਾ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਤੇ ਇੰਨੇ ਲੰਬੇ ਸਮੇਂ ਬਾਅਦ, ਹੈ ਨਾ, ਰਿਲੀਜ਼ ਹੁੰਦਾ, ਅਨਐਕਸਪੈਕਟਡ ਹੋ ਜਾਂਦਾ ਹੈ। ਮਿਹਨਤ ਕੀਤੀ ਆ ਆਫਟਰ ਆਲ, ਹੈ ਨਾ, ਪੂਰੀ ਟੀਮ ਨੇ, ਪੂਰੀ ਟੀਮ ਦੇ ਐਫਰਟਸ ਲੱਗੇ ਨੇ ਤੇ ਅੱਜ ਸਾਰਿਆਂ ਦਾ ਸੁਪਨਾ ਪੂਰਾ ਹੋ ਗਿਆ, ਫਾਈਨਲੀ ਫਿਲਮ ਥੀਏਟਰਸ ਦੇ ਵਿੱਚ ਆ ਚੁੱਕੀ ਹੈ, ਤੇ ਉਹ ਫੀਲਿੰਗਸ ਕੀ ਇਸ ਸਮੇਂ ਤੁਹਾਡੇ ਦੋਨਾਂ ਦੀ? ਹੁਣ ਤਾਂ ਸਟਾਰ ਹੀ ਫੀਲ ਆ ਰਹੀ, ਸਟਾਰ ਵਾਲੀ ਫੀਲ ਆ ਰਹੀ। ਐਕਚੁਅਲੀ ਅਸੀਂ ਫਿਲਮ ਤਾਂ ਪਹਿਲਾਂ ਰਿਲੀਜ਼ ਕਰਨੀ ਸੀਗੀ, ਕੋਵਿਡ ਦੇ ਚੱਕਰ ਦੇ ਵਿੱਚ ਸਾਡੀ ਫਿਲਮ ਥੋੜ੍ਹੀ ਲੇਟ ਹੋ ਗਈ, ਅਤੇ ਫਿਰ ਕੋਵਿਡ ਤੋਂ ਬਾਅਦ ਐਕਚੁਅਲੀ ਮੇਰੀ ਕੀ ਸਾਰਿਆਂ ਦੀ ਫਿਲਮਾਂ ਰਿਲੀਜ਼ ਲੇਟ ਹੋਈਆਂ ਨੇਗੀਆਂ, ਹੈ ਨਾ, ਰਿਲੀਜ਼ ਨਹੀਂ ਪ੍ਰੋਪਰ ਹੋਈਆਂ ਜਾਂ ਕਿਸੇ ਨੂੰ ਸ਼ੋਅ ਨਹੀਂ ਮਿਲੇ। ਜਦੋਂ ਕੋਵਿਡ ਖਤਮ ਹੋਇਆ ਫਿਲਮਾਂ ਇੰਨੀਆਂ ਘੱਟੀਆਂ, ਇੱਕ ਵਿੱਚ ਤਿੰਨ ਤਿੰਨ ਚਾਰ ਚਾਰ ਫਿਲਮਾਂ ਸੀਗੀਆਂ। ਲੱਕਲੀ ਆਈ ਡੋਂਟ ਨੋ ਕਿ ਜੋ ਅੱਜ ਹੋਇਆ ਕਿ ਫਿਲਮਾਂ ਤਿੰਨ ਅੱਜ ਵੀ ਆ ਰਹੀਆਂ ਸੀਗੀਆਂ, ਉਹਨਾਂ ਦੀ ਦੋ ਫਿਲਮਾਂ ਰੱਦ ਹੋ ਗਈਆਂ, ਉਹ ਆਈਆਂ ਨੀਗੀਆਂ। ਅੱਜ ਵੀ ਆਪਣੇ ਇਕੱਲਿਆਂ ਦੀ ਫਿਲਮ ਰਿਲੀਜ਼ ਹੋਈ ਸੀਗੀ, ਮੈਂ ਚਾਹੁੰਦਾ ਸੀ ਵੀ ਮੇਰੇ ਨਾਲ ਕਿਸੇ ਦੀ ਡੇਟ ਨਾ ਕਲੈਸ਼ ਹੋਵੇ, ਉਹ ਰੱਬ ਸੁਣ ਲੈਂਦਾ ਗਾ ਨਾ। ਸੋ ਉਹ ਹੋ ਗਿਆ, ਕੋਈ ਡੇਟ ਨਹੀਂ ਕਲੈਸ਼ ਹੋਈ ਅਤੇ ਸਾਰਾ ਕੁਛ ਵਧੀਆ ਹੋ ਗਿਆ, ਫਿਲਮ ਬਹੁਤ ਵਧੀਆ ਬਣੀ ਵੀ। ਅਸੀਂ ਜਿਹੜੀਆਂ ਕੋਵਿਡ ਤੋਂ ਜਦੋਂ ਰਿਲੀਜ਼ ਕਰੀ ਸੀ, ਜੋ ਸਾਲਾਂ ਦਾ ਗੈਪ ਪਿਆ ਸੀਗਾ, ਅਸੀਂ ਉਹ ਗੈਪ ਠੀਕ ਕੀਤਾ ਵੀ ਲੋਕਾਂ ਨੂੰ ਇਹ ਨਾ ਲੱਗੇ ਕਿ ਫਿਲਮ ਪੁਰਾਣੀ ਆ ਗਈ ਜਾਂ ਇਹਦੇ 'ਚ ਆਹ ਚੀਜ਼ ਮਾੜੀ ਆ। ਅਸੀਂ ਉਹ ਗੈਪ ਫਿਲ ਕਰਤਾ, ਜਿਹੜਾ ਮਹਿਕਮਾ ਛੜਿਆਂ ਦਾ ਗਾਣਾ ਸੀਗਾ, ਮਹਿਕਮਾ ਛੜਿਆਂ ਦਾ ਬਿਨਾਂ ਰੰਨਾਂ ਤੋਂ ਚੱਲਦਾ, ਅਸੀਂ ਉਹ 4 ਮਹੀਨੇ ਪਹਿਲਾਂ ਗਾਣਾ ਸ਼ੂਟ ਕੀਤਾ, ਸ਼ੂਟ ਨਹੀਂ ਗਵਾਇਆ ਸੰਦੀਪ ਭਾਈ ਤੋਂ। ਫਿਰ ਪ੍ਰੋਬਲਮ ਸੀ ਸਾਡੇ, ਮੇਰੇ ਕੋਲ ਟਾਈਮ ਨਹੀਂ ਸੀਗਾ ਉਹਨੂੰ ਫਿਲਮ ਦੇ ਵਿੱਚ ਪਾਉਣ ਵਾਸਤੇ। ਐਕਚੁਅਲ ਸਾਡਾ ਸੈਂਸਰ ਵੀ 4-3 ਦਿਨ ਪਹਿਲਾਂ ਆਇਆ, ਸੋ ਫਿਰ ਉਹਦੇ ਵਾਸਤੇ ਪੋਸੀਬਿਲਿਟੀ ਹੈ ਨਹੀਂ ਸੀ ਡੀ ਸੀ ਪੀ ਕੱਢਣ ਵਾਸਤੇ ਵੀ ਉਹਨੂੰ ਫਿਲਮ 'ਚ ਕਿੱਥੇ ਪਾਉਂਦੇ। ਪਹਿਲਾਂ ਸੋਚਿਆ ਸੀ ਵੀ ਐਂਡ 'ਤੇ ਸਕਰੋਲਿੰਗ 'ਚ ਪਾ ਦਾਂਗੇ, ਫਿਰ ਪੋਸੀਬਿਲਿਟੀ ਹੈ ਨਹੀਂ ਸੀ, ਪਰ ਅਸੀਂ ਉਹਨੂੰ ਗਾਣਾ 1 ਕਰੋਮਾ ਦਾ ਸ਼ੂਟ ਕਰ ਲਿਆ। ਉਹਨੂੰ ਅਸੀਂ ਵੈਸੇ ਆਪਣੇ ਯੂਟਿਊਬ ਚੈਨਲ 'ਤੇ ਪਾਤਾ, ਅਤੇ ਤੁਸੀਂ ਉੱਥੇ ਸੁਣ ਸਕਦੇ, ਉਹਨੂੰ ਦੇਖ ਸਕਦੇ ਹੋਗੇ। ਉਹ ਗਾਣਾ ਬਹੁਤ ਵਧੀਆ, ਜਦੋਂ ਵਿਆਹ ਸ਼ਾਦੀਆਂ ਦੇ ਵਿੱਚ, ਪਾਰਟੀਆਂ ਦੇ ਵਿੱਚ ਉਹ DJ 'ਤੇ ਵੱਜਣ ਵਾਲਾ ਗਾਣਾ ਗਾ, ਜਿਹੜਾ ਸਾਡਾ ਹੈਗਾ ਰੋਮੈਂਟਿਕ ਸੌਂਗ। ਉਹ ਹੁਣ ਜਿੱਦਾਂ ਲੋਕਾਂ ਦੇ ਗਾਹਾਂ ਵਿਆਹ ਹੁੰਦੇ ਨੇ, ਮੁੰਡਾ ਕੁੜੀ ਕਹਿੰਦੇ ਪ੍ਰੀ ਵੈਡਿੰਗ ਕਰ ਲਈਆਂ ਨੇਗੀਆਂ, ਉਹ ਪ੍ਰੀ ਵੈਡਿੰਗ ਸੌਂਗ ਹੈਗਾ ਉਹ, ਰੋਮੈਂਟਿਕ ਗਾਣਾ। ਤੁਹਾਡੀ ਕੀ ਫੀਲਿੰਗ ਰਹੀ ਹੈ, ਮਤਲਬ ਐਕਸਪੈਕਟਡ ਸੀਗਾ ਕਿ ਹਾਂ ਇਹ ਮੂਵੀ ਆ ਜਾਏਗੀ, ਕਿਉਂਕਿ ਇੰਨਾ ਲੰਬਾ ਗੈਪ ਪੈ ਗਿਆ, ਬੰਦੇ ਦੇ ਵਿੱਚ ਖੁਦ ਵੀ ਬਹੁਤ ਸਾਰੇ ਚੇਂਜਸ ਆ ਜਾਂਦੇ ਆ, ਤੇ ਮਿਹਨਤ ਕੀਤੀ ਆਫਟਰ ਆਲ ਪੂਰੀ ਟੀਮ ਨੇ, ਤੇ ਜਦੋਂ ਆਉਂਦਾ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ, ਅਲੱਗ ਹੀ ਖੁਸ਼ੀ ਹੁੰਦੀ ਹੈ ਮਨ ਦੇ ਅੰਦਰ। ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਜਦੋਂ ਉਹਨਾਂ ਤੋਂ ਫੋਨ ਆਇਆ ਵੀ ਸਾਡੀ ਰਿਲੀਜ਼ ਹੋਣ ਲੱਗੀ ਹੈ, ਲਾਈਕ ਸੱਚੀ ਕਹਿੰਦੇ ਹਾਂ। ਮੈਂ ਕਿਹਾ ਚਲੋ ਰੱਬ ਦਾ ਸ਼ੁਕਰ ਹੈ ਵੀ ਹੋ ਰਹੀ ਹੈ ਹੁਣ, ਹੈ ਨਾ।
ਫਿਰ ਮਿਲੇ ਅਸੀਂ, ਪ੍ਰਮੋਸ਼ਨਸ ਕੀਤੀਆਂ, ਸਾਰਾ ਕੁਝ ਹੋਇਆ। ਹੁਣ ਰੱਬ ਦੀ ਮਿਹਰ ਨਾਲ ਵਧੀਆ ਲੱਗ ਗਈ ਮੂਵੀ, ਮੈਨੂੰ ਬਹੁਤ ਪਸੰਦ ਆਈ, ਮੈਨੂੰ ਸਾਰਿਆਂ ਦੇ ਕਰੈਕਟਰ ਬਹੁਤ ਵਧੀਆ ਲੱਗੇ, ਇੱਕ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡੇ ਤੱਕ। ਆਈ ਇੰਜੋਏਡ ਦ ਮੂਵੀ ਲਾਈਕ ਐਨੀਥਿੰਗ। ਸਾਰਿਆਂ ਨੇ ਨਾ ਬਹੁਤ ਇੰਜੋਏ ਕੀਤੀ, ਫਨੀ ਫੈਕਟਸ ਬਹੁਤ ਜ਼ਿਆਦਾ ਸੀਗੇ, ਹੈ ਨਾ, ਕਾਮੇਡੀ ਅੱਛੀ ਸੀਗੀ, ਪੰਚ ਲਾਈਨ ਵਧੀਆ ਸੀ। ਆਪਣੇ ਦੋਨਾਂ ਦੇ ਕਰੈਕਟਰ ਤੋਂ ਇਲਾਵਾ ਇੱਕੋ ਇੱਕ ਕਰੈਕਟਰ ਦੱਸੋ ਜਿਹੜਾ ਤੁਹਾਨੂੰ ਜ਼ਿਆਦਾ ਅੱਛਾ ਲੱਗਾ, ਹਾਂ ਮੈਂ ਇਹ ਵੀ ਅੱਛੇ ਤਰੀਕੇ ਨਾਲ ਕਰ ਸਕਦਾ। ਨਹੀਂ, ਮੈਨੂੰ ਨਾ ਜਦੋਂ ਇਹ ਭਾਈ ਨੇ ਫਿਲਮ ਬਣਾਈ ਨਾ, ਤੇ ਮੈਨੂੰ ਕਹਿੰਦੇ ਵੀ ਤੂੰ ਅਮਨ ਆਹ ਕਰੈਕਟਰ ਨਾ ਕਰ, ਕਹਿੰਦੇ ਬਹੁਤ ਵੱਡਾ ਕਰੈਕਟਰ ਹੈਗਾ, ਇਹ ਹੋਣਾ ਨੀਗਾ। ਮੈਂ ਕਿਹਾ ਭਾਈ ਮੈਂ ਕਰੈਕਟਰ ਤਾਂ ਮੈਂ ਇਹੀ ਕਰਨਾ, ਜੇ ਕਰਨਾ ਨਹੀਂ ਫਿਰ ਮੈਂ ਕਿਹਾ ਮੈਂ ਹੋਰ ਨਹੀਂ ਕਰਨਾ। ਮੈਥੋਂ ਘੱਟੋ ਘੱਟ ਜੀ ਉਹਨਾਂ ਨੇ ਅਬਾਊਟ 6 ਮੰਥ ਸੀ ਵਰਕਸ਼ਾਪਸ ਲਾਈਆਂ। ਵਰਕਸ਼ਾਪਸ ਲਾਉਣ ਤੋਂ ਬਾਅਦ ਵਿੱਚ ਉਹ ਕਹਿੰਦੇ ਵੀ ਯਾਰ ਮੈਨੂੰ ਦਿਖਦਾ ਵੀ ਤੂੰ ਕਰ ਲਏਗਾ। ਤੇ ਡਿੰਪੀ ਭਾਈ ਨੇ ਮੈਨੂੰ ਗੱਲ ਕਹੀ ਸੀ, ਕਹਿੰਦਾ ਅਮਨ ਇਹ ਨਾ ਫਿਲਮ ਤੇਰੇ ਲਈ ਇੱਕ ਬਹੁਤ ਵੱਡਾ ਚੈਲੰਜ ਹੈਗਾ, ਕਹਿੰਦਾ ਤੂੰ 12ਵੀਂ ਦੇ ਬੋਰਡ ਦੇ ਪੇਪਰ ਦੇਣ ਚੱਲਾਂ। ਮੈਨੂੰ ਅੱਜ ਮੈਨੂੰ ਗੱਲ ਯਾਦ ਆ ਉਹਨੂੰ ਕੀ ਸੀ, ਕਹਿੰਦੇ 12ਵੀਂ ਦੇ ਬੋਰਡ ਦੇ ਪੇਪਰ ਦੇਣ ਚੱਲਾਂ ਤੇ ਬਿਨਾਂ ਪੜ੍ਹੇ। ਜਦੋਂ ਫਿਲਮ ਜੀ ਖਤਮ ਹੋ ਗਈ ਸੀ, ਸ਼ੂਟ ਖਤਮ ਹੋ ਗਿਆ, ਫਿਰ ਉਹਨੇ ਐਂਡ ਤੇ ਮੈਨੂੰ ਗੱਲ ਕਹੀ, ਕਹਿੰਦੇ ਤੂੰ ਬੇਟਾ 12ਵੀਂ ਦੇ ਪੇਪਰ ਪਾਸ ਕਰ ਗਿਆ। ਇਹ ਮੈਂ ਤੈਨੂੰ ਕਹਿੰਦਾ ਵੀ ਤੂੰ ਕਰ ਗਿਆ, ਕਹਿੰਦਾ ਮੈਨੂੰ ਉਮੀਦ ਨਹੀਂ ਸੀ ਵੀ ਤੂੰ ਇੰਨਾ ਵੱਡਾ ਕਰੈਕਟਰ, ਕਹਿੰਦੇ ਘੱਟੋ ਘੱਟ ਤੂੰ 4-5 ਮੇਨ ਲੀਡ ਦੇ ਫਿਲਮਾਂ ਕਰਦਾ ਫਿਰ ਇਹ ਹੋਣਾ ਸੀ, ਨਹੀਂ ਤਾਂ ਤੇਰੇ ਵਾਸਤੇ ਕਰੈਕਟਰ ਹੈ ਹੀ ਨਹੀਂ ਗਏ। ਚਲੋ ਹੁਣ ਕਰ ਲਿਆ ਕਰੈਕਟਰ ਜੀ, ਬਹੁਤ ਵਧੀਆ ਹੋ ਗਿਆ, ਤੇ ਹੋਪਫੁਲੀ ਹੁਣ ਲੋਕੀ ਕਿੰਨਾ ਪਿਆਰ ਦਿੰਦੇ। ਇਹਦੇ 'ਚ ਕਾਮੇਡੀ ਵੀ ਕਰਤੀ, ਠੱਗੀ ਵੀ ਕਰ ਲਈ, ਵਿਲਨ ਵੀ ਕਰ ਲਿਆ, ਬਲਫ ਕਰ ਲਿਆ, ਸਾਰਾ ਕੁਝ ਜੋ ਕਰਨਾ ਸੀ, ਰੋਮੈਂਟਿਕ ਸਭ ਕੁਛ ਹੀ ਕਰ ਲਿਆ ਜੀ। ਹੁਣ ਚਲੋ ਕਿਸੇ ਨਾ ਕਿਸੇ ਕਰੈਕਟਰ ਦਾ ਫਿੱਟ ਬੈਠ ਹੀ ਜਾਵਾਂਗੇ। ਅੱਛਾ, ਮੂਵੀ ਦੇ ਵਿੱਚ ਆਪਣੇ ਕਰੈਕਟਰ ਨੂੰ ਦੇਖ ਕੇ ਤੁਹਾਨੂੰ ਲੱਗਾ ਕਿ ਮੈਂ ਹੁਣ ਆਹ ਚੀਜ਼ਾਂ ਹੋ ਰਹੀ ਹੈ ਬੈਟਰ ਵੇ ਚ ਕਰ ਸਕਦੀ ਹਾਂ, ਮੇਰੇ ਅੰਦਰ ਇਹਨਾਂ ਚੀਜ਼ਾਂ ਨੂੰ ਲੈ ਕੇ ਬਦਲਾਵ ਆ ਚੁੱਕੇ ਹੈ? ਬਿਲਕੁਲ ਆਇਆ, ਕਿਉਂਕਿ ਕਾਫੀ ਟਾਈਮ ਹੋ ਗਿਆ ਮੂਵੀ ਦਾ ਵੀ, ਕਿੰਨਾ ਟਾਈਮ ਹੋ ਗਿਆ ਰਿਲੀਜ਼ ਹੋਇਆ? ਮਤਲਬ 8 ਸਾਲ ਤਾਂ ਹੋ ਗਏ ਨਾ? 7 ਸਾਲ ਹੋ ਗਏ, ਇਹ 2015 ਚ ਬਣੀ ਸੀ, 16 ਨੂੰ, ਇੰਨਾ ਟਾਈਮ ਤਾਂ ਯਾਦ ਵੀ ਨਹੀਂ। ਉਹੀ ਤਾਂ ਕਿ ਜਿਹੜੀਆਂ ਕਮੀਆਂ ਉਹਦੇ ਚ ਰਹਿ ਗਈਆਂ ਸੀ, ਉਹ ਵੀ ਆਪਣੋ ਇੱਕ ਮਟੀਰੀਅਲ ਪੁਰਾਣਾ ਹੁੰਦਾ, ਉਹ ਮਟੀਰੀਅਲ ਅਸੀਂ ਦੁਬਾਰਾ ਨਵਾਂ ਕਰਤਾ, ਰੀਐਡਿਟ ਕੀਤੀ ਹੈ ਜਾਂ ਮਤਲਬ ਉਹ ਵੀ ਨਹੀਂ, ਐਡਿਟ ਹੋਈ ਸੀ ਜੋ ਡਿੰਪੀ ਭਾਈ ਨੇ ਕੀਤੀ ਸੀਗੀ, ਇਹਦੀ ਅਸੀਂ ਡੀ ਆਈ ਦੁਬਾਰਾ ਕਰਤੀ। ਇਹਦਾ ਜਿਹੜਾ ਫੋਲੇ ਸੀ, ਬੈਕਗ੍ਰਾਉਂਡ ਸਕੋਰ ਹੈ ਨਾ, ਮਿਊਜ਼ਿਕ, ਉਹ ਸਾਰਾ ਕਰਤਾ, ਫਿਰ ਨਵਾਂ ਗਾਣਾ ਪਾਤਾ ਬੀਜੀਐਮ ਦੁਆਰਾ ਕੀਤਾ। ਹਾਂਜੀ ਹਾਂਜੀ ਹਾਂਜੀ, ਉਹ ਅੱਜ ਦੇ ਦੌਰਾਨ ਕਰਾ ਲਿਆ, ਨਵਾਂ ਗਾਣਾ ਪਾਇਆ ਜਦੋਂ ਮੈਕਵਾ ਛੜਿਆਂ ਦਾ, ਉਹ ਮਤਲਬ ਕਿ 4 ਮਹੀਨੇ ਪਹਿਲਾਂ ਗਾਣਾ ਅਸੀਂ ਗਵਾ ਕੇ, 4 ਜਾਂ 3 ਮਹੀਨੇ ਪਹਿਲਾਂ ਗਵਾਇਆ ਗਾਣਾ ਸੰਦੀਪ ਭਾਈ ਤੋਂ, ਤੇ ਉਹ ਕਰਤਾ ਸਾਰਾ ਬੰਬੇ ਤੋਂ ਮਿਊਜ਼ਿਕ ਕਰਵਾਇਆ। ਮਤਲਬ ਉਹ ਨਾ ਉਹਦੇ 'ਚ ਜਿਹੜੀਆਂ ਚੀਜ਼ਾਂ ਸਾਨੂੰ ਲੱਗੀਆਂ ਸੀ ਇਹ ਪੁਰਾਣੀਆਂ ਹੋ ਗਈਆਂ, ਅਸੀਂ ਨਵੀਆਂ ਕਰਤੀਆਂ। ਮਤਲਬ ਐਂ ਨਹੀਂ ਕੀਤਾ ਵੀ ਫਿਲਮ ਪੁਰਾਣੀ ਆ, ਉਹ ਅਸੀਂ ਦੱਸਾਂਗੇ ਤਾਂ ਪੁਰਾਣੀ ਆ। ਦਰਸ਼ਕ ਇਸ ਫਿਲਮ ਨੂੰ ਪਸੰਦ ਕਰਨ। ਥੈਂਕ ਯੂ ਸੋ ਮਚ ਗਾਈਸ, ਥੈਂਕ ਯੂ ਸੋ ਮਚ।